ਉਹਨੇ ਆ ਕੇ ਜਦੋਂ ਕੈਮਰਾ ਦੇਖਿਆ ਤੇ ਕੈਮਰਾ ਨਹੀਂ ਸੀਗਾ ਤੇ ਤਾਲੇ ਵੀ ਟੁੱਟੇ ਹੋਏ ਸੀਗੇ ਬੋਰਡ ਦੇ ਨਾਲ ਉਹਨਾਂ ਨੇ ਜਿਹੜਾ ਓਲਾ ਕਰਕੇ ਤੇ ਅੰਦਰੋਂ ਚੋਰੀ ਕੀਤੀ ਆ ਸਿਰਫ 15 ਮਿੰਟ ਦਾ ਕੰਮ ਸੀਗਾ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਪਲੈਨਿੰਗ ਦੇ ਨਾਲ ਆਏ ਆ ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਅਸੀਂ ਮਾਲ ਜਿਗਰ ਜ਼ਿਆਦਾ ਮਾਲ ਲਈ ਤਾਂ ਨਾ ਇਦਾਂ ਦੇ ਬੋਰੇ ਹੁੰਦੇ ਆ ਇਹਨਾਂ ਦੇ ਵਿੱਚ ਕਾਫੀ ਸਾਰਾ ਮਾਲ ਜਿਹੜਾ ਕਿ ਆ ਜਾਂਦਾ ਤੋਂ ਸਾਡੀ ਸ਼ਾਪ ਇੱਕ ਵਾਰੀ ਦਿਖਾਈ ਜਾਵੇ ਸਾਰਾ ਮਾਲ ਜਿਹੜਾ ਕਿ ਲੁੱਟ ਕੇ ਲੈ ਗਏ ਆ ਜਦੋਂ ਦੀ ਅਸੀਂ ਇੱਕ ਵੀਡੀਓ ਵਾਇਰਲ ਕੀਤੀ ਹੈ ਜੀ ਸਾਡੇ ਸਟੋਰ ਦੀ ਕਿ ਸਾਡੇ ਸਟੋਰ 'ਚ ਆਹ ਕੰਮ ਹੋ ਚੁੱਕਾ ਸਾਨੂੰ ਘੱਟੋ ਘੱਟ 50 ਕੋਹਲਾਂ ਆ ਚੁੱਕੀਆਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਫਟਰ 6 ਮੰਥ ਜਿੱਤੇ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਸੇਫ ਆ ਪਰ ਇਹ ਕੋਈ 스마트 ਸਿਟੀ ਨਹੀਂ ਆ ਕੁਝ ਨਹੀਂ ਆ ਜੀ ਇਹਦੇ ਵਿੱਚ ਸਾਡੇ ਨਾਲ ਬਹੁਤ ਧੱਕਾਸ਼ਾਹੀ ਹੋ ਰਹੀ ਆ ਜਿਹੜੀ ਗੱਡੀ ਸੀਗੀ ਉਹਦੇ ਪੂਰੇ ਬਲੈਕ ਜੈਟ ਬਲੈਕ ਸ਼ੀਸ਼ੇ ਕੀਤੇ ਹੋਏ ਆ ਸੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਆ ਵੀ ਤੁਸੀਂ ਸਾਡੀ ਇਸ ਕਾਰਵਾਈ ਨੂੰ ਗਾਹ ਤੋਂ ਗਾਹ ਕਰੋ ਕਿਉਂਕਿ ਯਾਰ ਸਾਡੇ ਨਾਲ ਬਹੁਤ ਜ਼ਿਆਦਾ ਸਾਡਾ 15 ਲੱਖ ਰੁਪਏ ਦਾ ਮਾਲ ਸੀਗਾ ਅਸੀਂ ਪਤਾ ਨਹੀਂ ਕਿੱਦਾਂ ਉਸ ਚੀਜ਼ ਤੱਕਰ ਪਹੁੰਚੇ ਸੀ ਸਾਡੇ ਕੋਲੇ ਦੋ ਅਣਪਛਾਤੇ ਬੰਦੇ ਆਂਦੇ ਆ ਜੀ ਉਹ ਦਿੱਲੀ ਜਾਂ ਹਰਿਆਣੇ ਦੀ ਲੈਂਗੁਏਜ ਉਹਨਾਂ ਦੀ ਲੱਗਦੀ ਆ ਉਹ ਆ ਕੇ ਸਾਡੇ ਕੋਲੇ ਮੈਂ ਇੱਥੇ ਕਿਹੜਾ ਦਸਤਾਰ ਸਜੋਂਦਾ ਸੀਗਾ ਤੇ ਉਹਨਾਂ ਨੇ ਆ ਕੇ ਸਾਰਾ ਸਟਾਕ ਦੇਖਿਆ ਇੱਧਰ ਉੱਧਰ ਕੈਮਰਿਆਂ ਕੁੰਮਰੇ ਵਾਲ ਉਹਨਾਂ ਨੇ ਨਿਗਾਹ ਮਾਰੀ ਆ ਤੇ ਉਹ ਬਾਹਰ ਚੱਲ ਗਏ ਵਾਈਟ ਕਲਰ ਦੀ ਵੈਨ ਆ ਇਹਨਾਂ ਨੇ ਬਿਲਕੁਲ ਬਲੈਕ ਸ਼ੀਸ਼ੇ ਕੀਤੇ ਹੋਏ ਆ। ਕਰਨੀ ਚਾਹਵਾਂਗਾ ਜੀ। ਸੋ ਜਿਹੜੀ ਕਿ ਇੱਕ ਆਪਣੇ ਪੱਖੋਵਾਲ ਰੋਡ ਤੇ ਜਿਹੜੀ ਚੋਰੀ ਹੋਈ ਸੀਗੀ ਇਹ ਉਹਨਾਂ ਦੇ ਵਿੱਚੋਂ ਇਹ ਲੜਕੇ ਦੀ ਫੋਟੋ ਆਈ ਆ। ਬਿਲਕੁਲ ਆਰਾਮ ਨਾਲ ਜਿਹੜੀ ਇਹ ਵੈਨ ਇਹ ਜਾਂਦੀ ਆ ਬਿਲਕੁਲ ਆਰਾਮ ਨਾਲ। ਕੋਈ ਡਰ ਭੈ ਨਹੀਂ ਹੈਗਾ ਇਹਨਾਂ ਨੂੰ। ਮੈਂ ਅੱਜ ਗੱਡੀ ਦੇ ਕਾਲੇ ਸ਼ੀਸ਼ੇ ਕਰਕੇ ਚੌਂਕ ਨਹੀਂ ਟੱਪ ਸਕਦਾ। ਪੁਲਿਸ ਵਾਲੇ ਮੈਨੂੰ ਮਿੰਟ 'ਚ ਰੋਕ ਲੈਂਦੇ ਆ। ਤੇ ਜੇ ਗੱਡੀਆਂ ਕਾਲੀਆਂ ਕਰਕੇ ਦਿੱਲੀ ਤੱਕ ਗੱਡੀਆਂ ਜਾ ਰਹੀਆਂ ਆ ਕਿਸੇ ਨੇ ਟਰੇਸ ਕੀਤੀ ਹੈ ਦਿੱਲੀ ਤੱਕ ਗੱਡੀ ਜਾਂਦੀ ਹੈ ਇਹ ਤੇ ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਨੂੰ ਠੱਲ ਪਾਉਂਦਾ ਹਵੇ ਇਹੀ ਗੱਡੀ ਆਈ ਹੈ ਜੀ ਇਹੀ ਗੱਡੀ ਅੰਮ੍ਰਿਤਗੜ ਗਈ ਹੈ ਇਹੀ ਪੱਖੋਵਾਲ ਰੋਡ ਤੇ ਗਈ ਹੈ ਇਹ ਮਤਲਬ ਪੰਜਾਬ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਆ ਵੀ ਸਾਡੇ ਪੰਜਾਬ ਨੂੰ ਮਤਲਬ ਫਾਈਨੈਂਸ਼ਲੀ ਤੋੜਨਾ ਫਾਈਨੈਂਸ਼ਲੀ ਸਾਨੂੰ ਵੀਕ ਕਰਨਾ ਚਾਹੁੰਦੇ ਆ ਸਚੀਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਲਿਕਾ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਜਵਦੀ ਦੇ ਪ੍ਰਭ ਕਲੈਕਸ਼ਨ ਕੋਲ ਜਿੱਤੇ ਕਿ ਰਾਤ ਕੱਲ ਰਾਤ ਜਿਹੜੀ ਇਹ ਚੋਰੀ ਕੀਤੀ ਜਾਂਦੀ ਹੈ ਤੇ ਚੋਰੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਇੱਕ ਵੈਨ ਜਿਹੜੀ ਆ ਉਹ ਆਉਂਦੀ ਹੈ ਤੇ ਉਸ ਵਿੱਚ ਬੰਦੇ ਆ ਕੇ ਇੱਕ ਜਿਹੜੀ ਆ ਸ਼ਾਪ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਲੋਕ ਆ ਤੋੜ ਕੇ 8 ਤੋਂ 10 ਲੱਖ ਦਾ ਜਿਹੜੇ ਆ ਕਲੈਕਸ਼ਨ ਆਸਮਾਨ ਲੈ ਜਾਂਦੇ ਨੇ ਅਤੇ ਸਮਾਨ ਕੀ ਹੈ ਚੋਰੀ ਕਿੱਦਾਂ ਹੋਈ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਤੇ ਨਾਲ ਮਨਪ੍ਰੀਤ ਸਿੰਘ ਜੀ ਮੌਜੂਦ ਨੇ ਜਿੰਨਾ ਦੀ ਸ਼ਾਪ ਤੇ ਜਿਹੜੀ ਇਹ ਚੋਰੀ ਕੀਤੀ ਗਈ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਧੀਆ ਭਾਈ ਜੀ ਤਾਂ ਚੋਰੀ ਹੋਈ ਕਿੰਨੇ ਕ ਵਜੇ ਹੋਈ ਹੈ ਤੇ ਤੁਸੀਂ ਕਿੱਥੇ ਸੀਗੇ ਸਾਨੂੰ ਜਿਹੜਾ ਚੋਰੀ ਦਾ ਪਤਾ ਲੱਗਾ ਜੀ ਸਾਡੇ ਦੁਕਾਨ ਤੇ ਲੜਕਾ ਕੰਮ ਕਰਦਾ ਸਵੇਰੇ ਉਹ ਆਂਦਾ ਸਾਡੇ 10 ਵਜੇ ਦੁਕਾਨ ਤੇ ਆਂਦਾ ਆ ਉਹਨੇ ਆ ਕੇ ਜਦੋਂ ਕੈਮਰਾ ਦੇਖਿਆ ਤੇ ਕੈਮਰਾ ਨਹੀਂ ਸੀਗਾ ਤੇ ਤਾਲੇ ਵੀ ਟੁੱਟੇ ਹੋਏ ਸੀਗੇ ਉਹਨੇ ਸਾਨੂੰ ਕਾਲ ਕਰਵਾਈ ਕਿਸੇ ਕੋਲ ਉਹ ਕਹਿੰਦਾ ਭਾਜੀ ਵੀ ਆਪਣੀ ਦੁਕਾਨ ਦੇ ਕੈਮਰੇ ਟੁੱਟੇ ਹੋਏ ਆ ਤੇ ਆਪਣੇ ਤਾਲੇ ਵੀ ਤਾਲੇ ਵੀ ਨਹੀਂ ਹੈਗੇ ਦੁਕਾਨ ਦੇ ਤੇ ਉਹਨੇ ਕਾਲ ਕੀਤੀ ਅਸੀਂ ਉਸੇ ਟਾਈਮ ਹੀ ਰੋਟੀ ਛੱਡ ਕੇ ਆਪਣਾ ਨਾਲ ਦੀ ਨਾਲ ਦੁਕਾਨ ਤੇ ਆਏ ਆ ਅਸੀਂ ਆ ਕੇ ਚੈੱਕ ਕੀਤਾ ਸਾਡੇ ਅਸੀਂ ਆਂਦੇ ਆ ਸਰ ਦੁਕਾਨ ਨਹੀਂ ਖੋਲੀ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਆ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਨਾ ਦੇ ਸੱਜੋਂ ਨਾਲ ਜਿਹੜੀ ਆ ਦੁਕਾਨ ਖੋਲੀ ਆ ਤੇ ਅੰਦਰ ਦੇਖਿਆ ਸੀ ਸਟਾਕ ਬਿਲਕੁਲ ਵੀ ਨਹੀਂ ਸੀਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਕੈਮਰੇ ਨਾਲ ਲਿੰਗਾ ਮਾਰੀ ਤਾਂ ਸਾਡਾ ਕੈਮਰਾ ਅੰਦਰ ਵਾਲਾ ਵੀ ਹੈ ਨਹੀਂ ਬਾਹਰ ਵਾਲਾ ਵੀ ਹੈ ਨਹੀਂ ਤੇ ਸਾਡੀ ਕੋਈ ਉਹਦੇ ਵਿੱਚ ਜਿਹੜਾ ਸੌਫਟਵੇਅਰ ਸੀਗਾ ਉਹਦੇ ਵਿੱਚ ਡਿਟੇਲ ਵੀ ਕੁਝ ਨਹੀਂ ਆ ਰਹੀ ਸੀ ਥੋੜੇ ਬਹੁਤ ਹਿਊਮਨ ਕੈਪਚਰ ਹੋਏ ਸੀਗੇ ਵੀ ਜੋ ਵੀ ਉਹਨਾਂ ਦੀ ਫੋਟੋਜ਼ ਆਈਆਂ ਆ ਸਾਡੇ ਕੋਲ ਸਿਰਫ ਉਹੀ ਆ ਤੇ ਇੱਕ ਉਹਨਾਂ ਨੇ ਜਿਹੜਾ ਸ਼ਟਰ ਚੱਕ ਕੇ ਇੱਕ ਬੋਰਡ ਦੀ ਮਦਦ ਕੀਤੀ ਉਹ ਬੋਰਡ ਸਾਨੂੰ ਲੱਭਿਆ ਆਹਾ ਬੋਰਡ ਦੇ ਨਾਲ ਉਹਨਾਂ ਨੇ ਜਿਹੜਾ ਉਹਲਾ ਕਰਕੇ ਤੇ ਅੰਦਰੋਂ ਚੋਰੀ ਕੀਤੀ ਆ ਸਿਰਫ 15 ਕ ਮਿੰਟ ਦਾ ਕੰਮ ਸੀਗਾ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ 15 ਕ ਮਿੰਟ ਦੇ ਵਿੱਚ ਚੋਰੀ ਕਰਕੇ ਉਹ ਤੇ ਸਾਹਮਣੇ ਕੋਈ ਸਾਡੇ ਘਰ ਹੈਗਾ ਆ ਉਹ ਕਿਤੇ 3 ਕ ਵਜੇ ਸਾਹਮਣੇ ਜਿਹੜਾ ਆ ਜੀ 3 ਕ ਵਜੇ ਉਹ ਘਰੇ ਆਇਆ ਆ ਉਹਨਾਂ ਦਾ ਬੇਟਾ ਉਹਨੇ ਆ ਕੇ ਦੇਖਿਆ ਕਿ ਸਾਡੀ ਦੁਕਾਨ ਦੇ ਬਾਰੇ ਇੱਕ ਟੂਲ ਟਰੈਵਲ ਗੱਡੀ ਖੜੀ ਆ ਟੂਰਿਸਟ ਗੱਡੀ ਆ ਟਰੈਵਲ ਜਿਹੜੀ ਗੱਡੀ ਉਹਨੇ ਦੇਖ ਕੇ ਥੋੜਾ ਬਹੁਤ ਦੇਖਿਆ ਗੱਡੀ ਦੇ ਜੈਟ ਬਲੈਕ ਸ਼ੀਸ਼ੇ ਕੀਤੇ ਹੋਏ ਆ ਤੇ ਕਹਿੰਦਾ ਮੈਨੂੰ ਵਿੱਚੋਂ ਲੱਗਿਆ ਵੀ ਬੰਦੇ ਕੋ ਮੈਨੂੰ ਦੇਖਦੇ ਆ ਕਹਿੰਦਾ ਮੈਂ ਥੋੜਾ ਜਿਹਾ ਡਰ ਪਿਆ ਦੇ ਨਾਲ ਮੈਂ ਅੰਦਰ ਹੋ ਗਿਆ ਤੇ ਉਹਨਾਂ ਬੰਦਿਆਂ ਨੂੰ ਵੀ ਇਸ ਚੀਜ਼ ਦਾ ਡਰ ਪੈ ਗਿਆ ਵੀ ਕਿਸੇ ਨੇ ਸਾਨੂੰ ਦੇਖ ਲਿਆ ਉਹਨਾਂ ਨੇ 10-15 ਮਿੰਟ ਦੇ ਵਿੱਚ ਜਿੰਨਾ ਉਹਨਾਂ ਕੋਲੇ ਸਟਾਕ ਆਇਆ ਆ ਬੋਰੇ ਸੀ ਉਹਨਾਂ ਕੋਲੇ ਵੱਡੇ ਵੱਡੇ ਜਿਹੜੇ ਬੋਰੀਆਂ ਦੇ ਨਾਲ ਉਹਨਾਂ ਨੇ ਫਟਾਫਟ ਭਰ ਕੇ ਸਮਾਨ ਸਾਡਾ ਸਾਰਾ ਲੈ ਕੇ ਪਲੈਨਿੰਗ ਦੇ ਨਾਲ ਆਏ ਆ ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਅਸੀਂ ਮਾਲ ਜੇ ਜਗਰ ਜ਼ਿਆਦਾ ਮਾਲ ਲਈ ਤਾਂ ਨਾ ਇਦਾਂ ਦੇ ਬੋਰੇ ਹੁੰਦੇ ਆ ਇਹਨਾਂ ਦੇ ਵਿੱਚ ਕਾਫੀ ਸਾਰਾ ਮਾਲ ਜਿਹੜਾ ਕਿ ਆ ਜਾਂਦਾ ਤੋਂ ਸਾਡੀ ਸ਼ਾਪ ਇੱਕ ਵਾਰੀ ਦਿਖਾਈ ਜਾਵੇ ਸਾਰਾ ਮਾਲ ਜਿਹੜਾ ਕਿ ਲੁੱਟ ਕੇ ਲੈ ਗਏ ਆ ਇਹ ਇੱਕ ਗਰੋ ਆ ਜੀ ਤੇ ਇਹ ਟਰੈਵਲਰ ਜਿਹੜੀ ਵੈਨ ਇਹਨਾਂ ਦੀ 12 14 ਸੀਟਰ ਇਹ ਉਹਦੇ ਵਿੱਚ 5 7 6 ਬੰਦੇ ਆਉਂਦੇ ਆ ਜਿਹੜੇ ਆ ਕੇ ਇਹ ਇਦਾਂ ਹੀ ਕਰਦੇ ਆ ਸਾਨੂੰ ਜਦੋਂ ਦੀ ਅਸੀਂ ਇੱਕ ਵੀਡੀਓ ਵਾਇਰਲ ਕੀਤੀ ਹੈ ਜੀ ਸਾਡੇ ਸਟੋਰ ਦੀ ਕਿ ਸਾਡੇ ਸਟੋਰ ਚ ਆਹ ਕੰਮ ਹੋ ਚੁੱਕਾ ਸਾਨੂੰ ਘੱਟੋ ਘੱਟ 50 ਕੋਲਾਂ ਆ ਚੁੱਕੀਆਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਫਟਰ 6 ਮੰਥ ਜਿੱਤੇ ਅਸੀਂ ਸੋਚਦੇ ਆ ਕਿ ਅਸੀਂ ਬਹੁਤ ਸੇਫ ਆ ਪਰ ਇਹ ਕੋਈ 스마트 ਸਿਟੀ ਨਹੀਂ ਆ ਕੁਝ ਨਹੀਂ ਆ ਜੀ ਇਹਦੇ ਵਿੱਚ ਸਾਡੇ ਨਾਲ ਬਹੁਤ ਧੱਕਾਸ਼ਾਹੀ ਹੋ ਰਹੀ ਆ ਜਿਹੜੀ ਗੱਡੀ ਦੇ ਕਾਲੇ ਸ਼ੀਸ਼ੇ ਕੀਤੇ ਹੋਣ ਤੁਸੀਂ ਇਹ ਦੱਸੋ ਵੀ ਉਹ ਚੌਂਕ ਵੀ ਟੱਪ ਸਕਦੀ ਹੈ ਬਿਲਕੁਲ ਕੋਈ ਚੌਂਕ ਨਹੀਂ ਟੱਪ ਸਕਦੀ ਉਹ ਗੱਡੀ ਸੋ ਉਹ ਗਲੀ ਜਿਹੜੀ ਗੱਡੀ ਸੀਗੀ ਉਹਦੇ ਪੂਰੇ ਬਲੈਕ ਜੈਟ ਬਲੈਕ ਸ਼ੀਸ਼ੇ ਕੀਤੇ ਹੋਏ ਆ ਸੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਆ ਵੀ ਤੁਸੀਂ ਸਾਡੀ ਇਸ ਕਾਰਵਾਈ ਨੂੰ گاਹ ਤੋਂ گاਹ ਕਰੋ ਕਿਉਂਕਿ ਯਾਰ ਸਾਡੇ ਨਾਲ ਬਹੁਤ ਜ਼ਿਆਦਾ ਸਾਡਾ 15 ਲੱਖ ਰੁਪਏ ਦਾ ਮਾਲ ਸੀਗਾ ਅਸੀਂ ਪਤਾ ਨਹੀਂ ਕਿੱਦਾਂ ਉਸ ਚੀਜ਼ ਤੱਕਰ ਪਹੁੰਚੇ ਸੀ ਸਾਨੂੰ ਬਹੁਤ ਇਸ ਚੀਜ਼ ਦੇ ਉੱਤੇ ਹੈਰਾਨਗੀ ਆ ਵੀ ਸ਼ਰੀਆਮ ਉਹਨਾਂ ਨੇ ਚੋਰੀ ਕੀਤੀ ਹੈ ਜੀ ਬਹੁਤ ਜ਼ਿਆਦਾ ਧੱਗਾ ਹੋ ਰਿਹਾ ਜੀ ਇਸ ਚੀਜ਼ ਦੇ ਲਈ ਇਹ ਇਲੈਗਲਰ ਕੰਮ ਚੱਲ ਰਿਹਾ ਹੈਗਾ ਬਿਲਕੁਲ ਅੱਗੇ ਇਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਸਾਡਾ ਸਹਿਯੋਗ ਦਿੰਦਾ ਤਾਂ ਠੀਕ ਹੈ ਨਹੀਂ ਅੱਗੇ ਅਸੀਂ ਕਾਰਵਾਈ ਕਰਾਂਗੇ ਆਪਣੇ ਤਰੀਕੇ ਨਾਲ ਕਰ ਲਾਂਗੇ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਕੋਈ ਆਇਆ ਹੋਵੇ ਤੇ ਤੁਹਾਨੂੰ ਉਹਦੇ ਤੇ ਸ਼ੱਕ ਹੋਵੇ ਕਿ ਤੁਹਾਡੀ ਸ਼ਾਪ ਇਦਾਂ ਉਦਾਂ ਦੇਖ ਰਿਹਾ ਹੋਵੇ ਪਰਸੋਂ ਇਸੇ ਤਰ੍ਹਾਂ ਆ ਜੀ ਅਸੀਂ ਹੋਰ ਵੀ ਜਾਣਿਆ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਆ ਜੀ ਪਰਸੋਂ ਜਿਹੜਾ ਆ ਸਾਡੇ ਕੋਲੇ ਦੋ ਅਣਪਛਾਤੇ ਬੰਦੇ ਆਂਦੇ ਆ ਜੀ ਉਹ ਦਿੱਲੀ ਜਾਂ ਹਰਿਆਣੇ ਦੀ ਲੈਂਗੁਏਜ ਉਹਨਾਂ ਦੀ ਲੱਗਦੀ ਆ ਉਹ ਆ ਕੇ ਸਾਡੇ ਕੋਲੇ ਮੈਂ ਇੱਥੇ ਕਿਹੜਾ ਦਸਤਾਰ ਸਜਾਉਂਦਾ ਸੀਗਾ ਤੇ ਉਹਨਾਂ ਨੇ ਆ ਕੇ ਸਾਰਾ ਸਟੋਕ ਦੇਖਿਆ ਇੱਧਰ ਉੱਧਰ ਕੈਮਰੇ ਆ ਕਮਰੇ ਵਾਲ ਉਹਨਾਂ ਨੇ ਨਿਗਾਹ ਮਾਰੀ ਆ ਤੇ ਉਹ ਬਾਹਰ ਚੱਲ ਗਏ ਬਾਹਰ ਜਾ ਕੇ ਉਹ 5-10 ਮਿੰਟ ਖੜੇ ਰਹੇ ਤੇ ਮੈਨੂੰ ਲੜਕੇ ਨੇ ਕਿਹਾ ਵੀ ਭਾਜੀ ਬਾਹਰ ਬੰਦੇ ਉਹ ਖੜੇ ਆ ਮੈਂ ਕਿਹਾ ਵੀ ਦੇਖ ਕੀ ਕਰਦੇ ਆ ਕਹਿੰਦਾ ਭਾਜੀ ਇੱਧਰ ਉੱਧਰ ਨਿਗਾਹ ਮਾਰਦੇ ਜਦੋਂ ਮੈਂ ਬਾਹਰ ਗਿਆ ਤੇ ਉਹ 도ੜ ਗਏ ਆ ਮੈਨੂੰ ਬਿਲਕੁਲ ਉਹਨਾਂ ਦੇ ਸ਼ੱਕਾ ਬੰਦਿਆਂ ਦੇ ਜਿਹੜੇ ਸਾਡੇ ਕੋਲ ਪਰਸੋ ਚ ਉੱਥੇ ਆਏ ਆ ਸੋ ਜਿਹੜੀ ਵੀ ਦੁਕਾਨ ਤੇ ਅਣਪਛਾਤੇ ਬੰਦੇ ਜਾਂਦੇ ਆ ਜਿਹੜੇ ਕੱਪੜਿਆਂ ਦਾ ਜਿਹੜੇ ਵੀਰਾਂ ਦਾ ਆਪਣਾ ਰੈਡੀमेड ਸਟੋਰ ਆ ਤੁਸੀਂ ਇੱਕ ਵਾਰੀ ਇਨਫੋਰਮ ਰੋ ਜੇ ਤੇ ਤੁਸੀਂ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਕਰੋ ਕਿਉਂਕਿ ਇਹ ਰੈਗੂਲਰ ਕੰਮ ਚੱਲ ਰਿਹਾ ਪਰਸੋਂ ਪੱਖੋਵਾਲ ਰੋਡ ਸਾਡੇ ਬਿਲਕੁਲ ਇੱਥੋਂ 2-3 ਕਿਲੋਮੀਟਰ ਦਾ ਰਾਸਤਾ ਆ ਉੱਥੇ ਚੋਰੀ ਹੋਈ ਆ ਪਰਸੋਂ ਅਮ드ਗੜ ਮੰਡੀ ਚੋਰੀ ਹੋਈ ਆ ਜਗਰਾਉਂ ਚੋਰੀ ਹੋਈ ਆ ਠੀਕ ਆ ਜੀ ਫਤੇਗੜ ਸਾਹਿਬ ਚੋਰੀ ਹੋਈ ਆ ਹਰੇਕ ਜਗ੍ਹਾ ਜਿਹੜੀ ਆ ਇੱਕ ਗਰੋ ਚੱਲਦਾ ਪਿਆ ਵਾਈਟ ਕਲਰ ਦੀ ਵੈਨ ਆ ਇਹਨਾਂ ਨੇ ਬਿਲਕੁਲ ਬਲੈਕ ਸ਼ੀਸ਼ੇ ਕੀਤੇ ਹੋਏ ਆ ਕਰ ਨਹੀਂ ਚਾਹਾਂਗਾ ਜੀ ਸੋ ਜਿਹੜੀ ਕਿ ਇੱਕ ਆਪਣੇ ਪੱਖੋਵਾਲ ਰੋਡ ਤੇ ਜਿਹੜੀ ਚੋਰੀ ਹੋਈ ਸੀਗੀ ਇਹ ਉਹਨਾਂ ਦੇ ਵਿੱਚੋਂ ਇਹ ਲੜਕੇ ਦੀ ਫੋਟੋ ਆਈ ਆ ਕੋਈ ਜੇ ਇਸ ਨੂੰ ਜਾਣ ਜਾਣ ਪਛਾਣ ਹੋਵੇ ਤੇ ਜਿਹੜੀ ਇਹ ਵੈਨ ਦੇ ਵਿੱਚ ਆਉਂਦੇ ਆ ਤੁਹਾਨੂੰ ਅਸੀਂ ਉਹ ਵੀ ਵੈਨ ਇੱਕ ਵਾਰੀ ਦਿਖਾਉਣਾ ਚਾਹਾਂਗੇ ਜਿਹੜੀ ਸਾਡੇ ਇੱਥੇ ਆਈ ਆ ਅਸੀਂ ਉਹਦੀ ਤੁਹਾਨੂੰ ਫੁਟੇਜ ਦਿਖਾਉਣਾ ਚਾਹਾਂਗੇ ਸੋ ਇਹ ਇੱਕ ਵੈਨ ਦੇ ਵਿੱਚ ਆਉਂਦੇ ਆ ਜੀ ਵੈਨ ਦੇ ਵਿੱਚ ਹੀ ਸਾਰਾ ਗਰੋ ਬੈਠ ਕੇ ਆਉਂਦਾ ਵਾ ਇਹਨਾਂ ਦਾ ਵੈਨ ਦਿਖਾਓ ਇਹਨਾਂ ਨੂੰ ਬਿਲਕੁਲ ਬਿਲਕੁਲ ਆਰਾਮ ਨਾਲ ਜਿਹੜੀ ਇਹ ਵੈਨ ਇਹ ਜਾਂਦੀ ਆ ਬਿਲਕੁਲ ਆਰਾਮ ਨਾਲ ਕੋਈ ਡਰ ਭੈ ਨਹੀਂ ਹੈਗਾ ਇਹਨਾਂ ਨੂੰ ਮੈਂ ਅੱਜ ਗੱਡੀ ਦੇ ਕਾਲੇ ਸ਼ੀਸ਼ੇ ਕਰਕੇ ਚੌਂਕ ਨਹੀਂ ਟੱਪ ਸਕਦਾ ਪੁਲਿਸ ਵਾਲੇ ਮੈਨੂੰ ਮਿੰਟ 'ਚ ਰੋਕ ਲੈਂਦੇ ਆ ਠੀਕ ਆ ਜੀ ਤੇ ਜੇ ਗੱਡੀਆਂ ਕਾਲੀਆਂ ਕਰਕੇ ਦਿੱਲੀ ਤੱਕ ਗੱਡੀਆਂ ਜਾ ਰਹੀਆਂ ਆ ਕਿਸੇ ਨੇ ਟਰੇਸ ਕੀਤੀ ਹੈ ਦਿੱਲੀ ਤੱਕ ਗੱਡੀ ਜਾਂਦੀ ਆ ਇਹ ਤੇ ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਨੂੰ ਠੱਲ ਪਾਉਂਦਾ ਅੱਛਰੇਆਂ ਮਾਮ ਕੰਮ ਹੋ ਰਿਹਾ ਪੰਜਾਬ ਨੂੰ ਢਾਹ ਲਾਣ ਦੀ ਗੱਲ ਆ ਫਿਰ ਆਹ ਜਿਹੜੀ ਉਹ ਵੀ ਚੋਰੀਆਂ ਪੰਜਾਬ ਦੇ 8 ਲੈਵਲ ਜਿਹੜੀ ਗੱਡੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਇੱਥੇ ਆਈ ਹੈ ਹੇ ਇਹੀ ਗੱਡੀ ਆਈ ਹੈ ਜੀ ਇਹੀ ਗੱਡੀ ਅੰਮ੍ਰਿਤਗੜ ਗਈ ਹੈ ਇਹੀ ਪੱਖੋਵਾਲ ਰੋਡ ਤੇ ਗਈ ਹੈ ਇਹ ਮਤਲਬ ਪੰਜਾਬ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਆ ਵੀ ਸਾਡੇ ਪੰਜਾਬ ਨੂੰ ਮਤਲਬ ਸਨੈਂਸ਼ਲੀ ਤੋੜਨਾ ਸਨੈਂਸ਼ਲੀ ਸਾਨੂੰ ਵੀਕ ਕਰਨਾ ਚਾਹੁੰਦੇ ਆ ਪਰ ਮਾਰੇ ਦੀ ਸਾਡੇ ਤੇ ਕਿਰਪਾ ਆ ਉਹ ਬਚਦਾ ਨਹੀਂ ਉਹਨਾਂ ਦਾ ਕੱਕ ਆ ਤੁਹਾਨੂੰ ਮੈਂ ਪ੍ਰੋਪਰ ਤਰੀਕੇ ਨਾਲ ਇੱਕ ਵਾਰੀ ਦਿਖਾਉਣਾ ਚਾਹੁੰਨਾ ਆ ਜੇ ਕਿਸੇ ਦੀ ਸ਼ਾਪ ਦੇ ਅੱਗੇ ਰਾਤ ਭਰਾਤੇ 11 12 ਵਜੇ ਜਾਂ 9 10 ਵਜੇ ਤੁਸੀਂ ਦੇਖਦੇ ਵੀ ਹੋ ਤਾਂ ਪਲੀਜ਼ ਤੁਸੀਂ ਸੁਚੇਤ ਰਹੋ ਅੱਜ ਸਾਡੇ ਨਾਲ ਇਹ ਚੀਜ਼ ਹੋਈ ਆ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਆ ਬਈ ਤੁਸੀਂ ਇਨਫਾਰਮ ਜ਼ਰੂਰ ਕਰੋ ਸਾਡੇ ਨੰਬਰ ਤੁਹਾਨੂੰ ਜਾਰ ਕਰ ਦਿੰਨੇ ਆ 8872488797 ਤੇ ਭਾਜੀ ਦਾ ਵੀ ਨੰਬਰ 146561947 ਮੇਰਾ ਨੰਬਰ ਆ ਜੀ ਜੇ ਤੁਹਾਨੂੰ ਕਿਤੇ ਗੱਡੀ ਇਹ ਦਿਖਦੀ ਆ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰੋ ਤੇ ਤੁਸੀਂ ਆਪ ਇਹਨਾਂ ਗੱਡੀਆਂ ਤੇ ਕਾਰਵਾਈ ਕਰੋ ਜੇ ਤੁਹਾਨੂੰ ਲੱਗਦੀ ਆ ਨਾ ਵੀ ਗੱਡੀ ਕਾਲੇ ਸ਼ੀਸ਼ੇ ਕੀਤੇ ਆ ਟੂਰਿਸਟ ਵੈਨ ਘੁੰਮ ਰਹੀ ਆ ਤੇ ਤੁਸੀਂ ਆਪ ਇਹਨਾਂ ਤੇ ਕਾਰਵਾਈ ਕਰੋ ਪ੍ਰਸ਼ਾਸਨ ਤੋਂ ਕੀ ਅਪੀਲ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਾਂਗੇ ਜੀ ਹੁਣ ਪਿਛਲੇ 6 ਮਹੀਨਿਆਂ ਦੇ ਵਿੱਚ ਇੰਨੇ ਕਾਰਨਾਮੇ ਹੋ ਗਏ ਜੇ ਅੱਜ ਆ ਨਾਕਾ ਨਹੀਂ ਅਸੀਂ ਗੱਡੀ ਕਾਲੀ ਕਰਕੇ ਟੱਪ ਸਕਦੇ ਤਾਂ ਸ਼ਰੇਆਮ ਜਵਾਈਆਂ ਨੂੰ ਗੱਡੀ ਲੈ ਕੇ ਘੁੰਮਰੇ ਆ ਉਹ ਜੋਾਈਆਂ ਵਾਂਗੂ ਗੱਡੀ ਲੈ ਕੇ ਘੁੰਮ ਰਹੇ ਆ ਟੋਲ ਟਾਪ ਰਹੇ ਆ ਸਾਰਾ ਕੁਝ ਇਹ ਕਰ ਰਹੇ ਆ ਸਰਕਾਰ ਕੁਝ ਵੀ ਨਹੀਂ ਕਰ ਰਹੀ ਪ੍ਰਸ਼ਾਸਨ ਕਿਉਂ ਨਹੀਂ ਕੁਝ ਕਰ ਰਿਹਾ ਸਾਡਾ ਪ੍ਰਸ਼ਾਸਨ ਜੀ ਸੁੱਤਾ ਹੋਇਆ ਜਿਹੜੀ ਕਿ ਸੱਚ ਗੱਲ ਆ ਤੁਸੀਂ ਇਹ ਦੇਖੋ ਬੜੇ ਆਰਾਮ ਨਾਲ ਆਉਂਦੇ ਆ ਇਹ ਬੰਦੇ ਬਹੁਤ ਛਾਤਰ ਮਾਈਂਡ ਆ ਕੋਈ ਡਰ ਖਤਰਾ ਨਹੀਂ ਸਾਡੇ ਵਰਗੇ ਸਾਡੇ ਵਰਗੇ ਬੰਦਿਆਂ ਨੂੰ ਡਰ ਪੈ ਜਾਂਦਾ ਜੀ ਹਾਂਜੀ ਪਰ ਇਹਨਾਂ ਬੰਦਿਆਂ ਨੂੰ ਚੋਰਾਂ ਨੂੰ ਕੋਈ ਡਰ ਨਹੀਂ ਹੈਗਾ ਜੀ ਅਸੀਂ ਬਿਲਕੁਲ ਅਨ ਸੇਫ ਆ ਸਾਡਾ 10 ਤੋਂ 15 ਲੱਖ ਰੁਪਏ ਦੇ ਨੀਅਰ ਅਬਾਊਟ ਨੁਕਸਾਨ ਹੋ ਚੁੱਕਿਆ ਜੀ ਸਾਡਾ ਹਾਂਜੀ ਕਿਉਂਕਿ ਅਸੀਂ ਸਾਰਾ ਪ੍ਰੀਮੀਅਮ ਮਾਲ ਰੱਖਦੇ ਆ ਸਾਰੇ ਸਾਡੇ ਜਿੰਨੇ ਵੀ ਸਜੋਗੀ ਆ ਸਾਡੇ ਕਈ ਵੀਰ ਭਰਾ ਹੋਰ ਵੀ ਸਟੋਰਾਂ ਵਾਲੇ ਸਾਡੇ ਕੋਲ ਆਉਂਦੇ ਜਾਂਦੇ ਆ ਉਹਨਾਂ ਨੇ ਵੀ ਸਾਡਾ ਸਨੋ ਕੀਤਾ ਸਾਨੂੰ ਕੋਈ ਪ੍ਰੋਫਿਟ ਨਹੀਂ ਜੋ ਆਂਦਾ ਦਾਟਾ ਸਰਕਲ ਹੀ ਘੁੰਮਦਾ ਰਹਿੰਦਾ ਆ ਕੋਈ ਸਾਡੇ ਕੋਲੇ ਪੈਸੇ ਖੜਦੇ ਨਹੀਂ ਕਿ ਜਿੰਨੇ ਆਉਂਦੇ ਆ ਸੀ ਉਨਾ ਹੀ ਸਟਾਕ ਅਪਡੇਟ ਕਰਦੇ ਰਹਿੰਦੇ ਆ ਕਿਉਂਕਿ ਕੰਮ ਹੀ ਇਦਾਂ ਦਾ ਆ ਯਾਰ ਰੋਜ਼ ਕਸਟਮਰ ਜਿਹੜਾ ਨਵੀਂ ਅਪਡੇਸ਼ਨ ਮੰਗਦਾ ਆ ਹਾਂਜੀ ਹੁਣ ਅਸੀਂ ਬਿਲਕੁਲ ਜਿਹੜਾ 0 ਹੋ ਚੁੱਕਿਆ ਆ ਕੰਮ ਜੀ ਬਿਲਕੁਲ ਚਲੋ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਆ ਜਾਂ ਸਾਡੇ ਕੋਲੇ ਜੋ ਵੀ ਹੋਊਗਾ ਅਸੀਂ ਫਿਰ ਇਹੀ ਸਾਡੀ ਰੋਜੀ ਰੋਟੀ ਆ ਇੱਥੋਂ ਹੀ ਅਸੀਂ ਰੋਟੀ ਕਮਾ ਕੇ ਖਾਣੀ ਆ ਤੇ ਬਾਕੀ ਇਹ ਆ ਵੀ ਸਰਕਾਰ ਨੂੰ ਇਹੀ ਅਸੀਂ ਅਪੀਲ ਕਰਦੇ ਆ ਸੀਐਮ ਤੱਕ ਵੀਡੀਓ ਜਾਵੇ ਇਹ ਕਿ ਇਹ ਜਿਹੜੀ ਆ ਇਸ ਵੈਨ ਨੂੰ ਠੱਲ ਪਾਈ ਜਾਵੇ ਕਿਉਂਕਿ ਸਾਡੇ ਤੇ ਇਹ ਬਹੁਤ ਤਸ਼ੱਦਦ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਸਾਡੇ ਨਾਲ ਸ਼ਰਯਾਮ ਧੱਕਾ ਹੋ ਰਿਹਾ ਹੈ ਸੋ ਸਾਡੇ ਵੀਰ ਨੇ ਇਹਨਾਂ ਦਾ ਵੀ ਆਪਣਾ ਸਟੋਰ ਆ ਇਹਨਾਂ ਨੇ ਵੀ ਸਾਨੂੰ ਦੱਸਿਆ ਇਨਫੋਰਮ ਕੀਤਾ ਕਿ ਵਾਈਟ ਕਲਰ ਦੀ ਹੀ ਵੈਨ ਇਹਨਾਂ ਨੂੰ ਵੀ ਕਿਸੇ ਹੋਰ ਇਨਫਰਮੇਸ਼ਨ ਆਈ ਸੀ ਪਾਈ ਹੋਣਾ ਨੇ ਸਾਨੂੰ ਦੱਸਿਆ ਸੀਗਾ ਤੇ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਜਿਵੇਂ ਤੁਹਾਡੀ ਵੀ ਸ਼ਾਪ ਆ ਹਾਂਜੀ ਜੀ ਮੇਰੇ ਵੀ ਆਪਣਾ ਗਾਰਮੈਂਟ ਸਟੋਰ ਹੈ ਜੀ ਜੀ ਠੀਕ ਹੈ ਜੀ ਤੇ ਆਪਣੇ ਵੀਰ ਪ੍ਰਾ ਨਾਲ ਹੁਣ ਇਹ ਘਟਨਾ ਵਾਪਰੀ ਹੈ ਤੇ ਇਹੀ ਘਟਨਾ ਕੁਝ ਥੋੜੇ ਮਹੀਨੇ ਪਹਿਲੇ ਸਪਟੰਬਰ ਦੇ ਵਿੱਚ ਅਹਿਮਦਗੜ੍ਹ ਦੇ ਵਿੱਚ ਵਾਪਰੀ ਸੀਗੀ ਉਹ ਵੀ ਆਪਣੇ ਨਹੀਂ ਉਹ ਆਪਣੇ ਵੀਰ ਪ੍ਰਾ ਨੇ ਉਹਨਾਂ ਨਾਲ ਵੀ ਇਹੀ ਸੇਮ ਚੀਜ਼ ਸੀਗੀ ਇਹੀ ਵੈਨ ਸੀਗੀ ਠੀਕ ਹੈ ਇਹ ਵੈਨ ਉਦੋਂ ਵੀ ਟ੍ਰੇਸ ਨਹੀਂ ਹੋ ਸਕੀ ਇਸ ਵੈਨ ਮਤਲਬ ਇਹ ਪੂਰਾ ਗਿਰੋ ਹੈਗਾ ਜਿਹੜਾ ਪੂਰਾ ਇੰਟਰ ਸਿਟੀ ਘੁੰਮ ਰਿਹਾ ਦੇਖੋ ਇਹ ਅਗਰ ਕੋਈ ਇੱਕ ਸ਼ਹਿਰ ਦੀ ਗੱਲ ਨਹੀਂ ਹੈਗੀ ਅਗਰ ਦੇਖਿਆ ਜਾਵੇ ਤੇ ਮਲੇਰ ਕੋਟਲਾ ਤੇ ਲੁਧਿਆਣਾ ਕੁਝ 50 60 60 ਕਿਲੋਮੀਟਰ ਦੀ ਬਾਟ ਹੈਗੀ ਆ ਤੇ ਪੂਰਾ ਹਾਈਵੇ ਪੈਂਦਾ ਠੀਕ ਹੈ ਨਾ ਅਗਰ ਹਾਈਵੇ ਤੇ ਇਦਾਂ ਦੀ ਕਵੈਨ ਆ ਰਹੀ ਹੈ ਤਾਂ ਕੋਈ ਵੀ ਬੰਦਾ ਆਰਾਮ ਨਾਲ ਪਛਾਣ ਕਰ ਸਕਦਾ ਹੈ ਦੀ ਠੀਕ ਹੈ ਬਟ ਅਗਰ ਇਹ ਸ਼ਹਿਰ ਦੇ ਵਿੱਚ ਵੀ ਘੁੰਮ ਰਹੀ ਹੈ ਰਾਤ ਨੂੰ ਘੁੰਮ ਰਹੀ ਹੈ ਦਿਨੇ ਵੀ ਕਿਤੇ ਨਾ ਕਿਤੇ ਨਿਕਲ ਹੀ ਰਹੀ ਹੋਏਗੀ ਠੀਕ ਹੈ ਬਟ ਇਹਨਾਂ ਨੂੰ ਪਲੀਜ਼ ਕਿਤੇ ਨਾ ਕਿਤੇ ਆਪਾਂ ਨੂੰ ਫੜਨਾ ਹੀ ਪੈਣਾ ਠੀਕ ਹੈ ਨਾ ਕੋਈ ਨੰਬਰ ਵਗੈਰਾ ਉਸ ਵੈਨ ਦਾ ਹੋਵੇ ਨਹੀਂ ਨੰਬਰ ਤਾਂ ਉਦੋਂ ਵੀ ਨਹੀਂ ਮਿਲਿਆ ਨੰਬਰ ਅੱਜ ਵੀ ਨਹੀਂ ਮਿਲ ਸਕਿਆ ਵੈਨ ਦੀਆਂ ਜਿਹੜੀਆਂ ਲਾਈਟਾਂ ਨਾ ਜਿਹੜੀਆਂ ਹੈਡਲਾਈਟਸ ਆ ਵੈਨ ਦੀਆਂ ਉਹ ਇੰਨਿਆਂ ਤੋਂ ਜ਼ਿਆਦਾ ਤਿੱਖੀਆਂ ਲਾਈਟਾਂ ਆ ਕਿ ਜਿਹੜੇ ਆਪਣੇ ਹਾਈਵੇ ਦੇ ਕੈਮਰੇ ਵੀ ਆ ਨਾ ਉਹ ਵੀ ਜਿਹੜਾ ਗਿਆ ਨੰਬਰ ਨਹੀਂ ਦੇਖ ਸਕਦੇ ਵੈਂ ਦਾ ਇੰਨਿਆ ਜਿਆਦਾ ਹਾਈਲਾਈਟਸ ਇਹਨਾਂ ਨੇ ਕੀਤੀਆਂ ਹੋਈਆਂ ਵੈਂਸ ਦੇ ਨਾਲ ਜੀ ਸਰ ਜਿਵੇਂ ਤੁਸੀਂ ਕਿਹਾ ਨਾ ਵੀ ਮੇਰੀ ਸ਼ਾਪ ਤੇ ਦੋ ਤਿੰਨ ਦਿਨ ਪਹਿਲਾਂ ਦੋ ਬੰਦੇ ਆਏ ਸੀਗਾ ਉਹਨਾਂ ਦਾ ਥੋੜਾ ਹੂਲੀਆ ਦੱਸ ਸਕਦੇ ਕੀ ਪਤਾ ਕੀ ਜੀ ਜਾਨੀ ਕਿ ਨੌਜਵਾਨ ਮੁੰਡੇ ਆ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਨਸ਼ੇੜੀ ਆ ਜਾਂ ਕਿਸੇ ਨਸ਼ੇ ਦੀ ਹਨਾ ਕਰਕੇ ਕੰਮ ਕਰ ਰਹੇ ਆ ਉਹ ਬਿਲਕੁਲ ਨੌਜਵਾਨ ਚੰਗੇ ਭਲੇ ਬੰਦੇ ਆ ਉਹ ਏਦਾਂ ਦਾ ਨਹੀਂ ਹੈਗਾ ਹੱਟੇ-ਕੱਟੇ ਬੰਦੇ ਆ ਹਰਿਆਣੇ ਦੇ ਜਾਂ ਦਿੱਲੀ ਦੇ ਉਹ ਬੰਦੇ ਲੱਗਦੇ ਆ ਜੀ ਆਉਂਦੇ ਆ ਉਹਨਾਂ ਦੀ ਲੈਂਗੁਏਜ ਤੋਂ ਉਹਨਾਂ ਨੂੰ ਭਿੰਨਕ ਪੈ ਜਾਂਦੀ ਆ ਵੀ ਇਹ ਬੰਦੇ ਬਾਹਰਲੇ ਆ ਸੋ ਜਿਹੜੀ ਵੀ ਦੁਕਾਨ ਤੇ ਜਾਂਦੇ ਆ ਤੁਸੀਂ ਸਟੇਟ ਹੋ ਜੋ ਇਹਨਾਂ ਤੋਂ ਜੇ ਕੋਈ ਆਉਂਦਾ ਆ ਉਹਦੇ ਉਹਦੇ ਕੋਲ ਪੂਰੀ ਪੁੱਛ ਗਿਚ ਗਿਚ ਜਾਓ ਵੀ ਭਾਈ ਕਿੱਥੋਂ ਆਇਆ ਕਿਵੇਂ ਆਇਆ ਕਿਵੇਂ ਦੇਖ ਕੇ ਆਇਆ ਸਾਡੀ ਦੁਕਾਨ ਤੇ ਇਹੀ ਅਪੀਲ ਕਰਦੇ ਆਂ ਅਸੀਂ ਬਸ ਪਰ ਜੇ ਇੱਥੇ ਵੈਦ ਘੋਮਰ ਹੀ ਆ ਕਲ ਸ਼ਿਸ਼ਿਆਣੀ ਜੀ ਤੇ ਉਹ ਪ੍ਰਸ਼ਾਸਨ ਨੂੰ ਨਹੀਂ ਪਤਾ ਉਹਨਾਂ ਨੂੰ ਸੂਈ ਤੱਕ ਦਾ ਪਤਾ ਵੀ ਇੱਥੇ ਸੂਈ ਕਿੱਥੋਂ ਆਈ ਏ ਕਿਹੜੀ ਕੰਟਰੀ ਚੋਂ ਆਈ ਏ ਕਿੱਥੋਂ ਆਈ ਏ ਕਿਹੜੀ ਸਟੇਟ ਦੇ ਵਿੱਚੋਂ ਆਈ ਏ ਪਰ ਜੇ ਇੱਥੇ ਕੋ ਮਰੀ ਹੈ ਹੋਵੇਨ ਪ੍ਰਸ਼ਾਸਨ ਨੂੰ ਨਹੀਂ ਪਤਾ ਕਾਲੇ ਸ਼ੀਸ਼ੇ ਵੈਨ ਨੇ ਉਸ ਉੱਤੇ ਵੈਨ ਹੈ ਜੀ ਵੀ ਕੋਈ ਵੀ ਕਾਲੇ ਸ਼ੀਸ਼ੇ ਨਹੀਂ ਕਰ ਸਕਦਾ ਵੀ ਉਸ ਵੈਨ ਤੇ ਕਾਲੇ ਸ਼ੀਸ਼ੇ ਕਿਉਂ ਨੇ ਬੇਟੀ ਸਾਫ ਕੋ ਮਰੀ ਹੈ ਬਿਲਕੁਲ ਬੇਨ ਬੇਰਾ ਡਰ ਤੋਂ ਕੋ ਮਰੀ ਹੈ ਬਿਲਕੁਲ ਉਹ ਤੇ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਬਿਲਕੁਲ ਪ੍ਰਸ਼ਾਸਨ ਨੂੰ ਇਹੀ ਟੀਨ ਆ ਵੀ ਕਾਰਵਾਈ ਵੱਧੋ ਵੱਧੋ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜਿਹੜੇ ਵੀ ਬੰਦੇ ਆ ਜਾ ਕੇ ਦਿੱਲੀ 8.5-10 ਲੱਖ ਦਾ ਮਾਲ ਆ ਕੋਈ 2.5 ਲੱਖ ਰੁਪਏ ਚ ਵੇਚਦਾ ਹੈ ਜੇ ਕਿ ਤੁਹਾਨੂੰ ਸਸਤਾ ਮਾਲ ਵੀ ਦਿਖਾਣਾ ਹੁੰਦਾ ਹੈ ਨਾ ਦੁਕਾਨਾਂ ਦੇ ਤੁਸੀਂ ਇੱਕ ਵਾਰੀ ਇਨਫੋਰਮ ਹੋ ਜਾਓ ਕਿ ਤੁਹਾਨੂੰ 6-700 ਰੁਪਏ ਵਾਲਾ ਮਾਲ ਤੁਹਾਨੂੰ 2-250 ਰੁਪਏ 150 ਰੁਪਏ ਦੇ ਵਿੱਚ ਵੀ ਤੁਹਾਨੂੰ ਆਗੇ ਦਿਖਾਉਂਦਾ ਹੈ ਨਾ ਤੁਸੀਂ ਸਾਰੇ ਇਹਨਾਂ ਸੁਚੇਤ ਰਹੋ ਮਾਲ ਨਾ ਲਿਓ ਉਹਨਾਂ ਕੋਲ ਜਿਵੇਂ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਜੇ ਤੁਸੀਂ ਵੀ ਹੋ ਗਏ ਉਹ ਦੁਕਾਨਦਾਰ ਤੇ ਹੋ ਜੋ ਚੁਕੰਨਾ ਕਿਉਂਕਿ ਤੁਹਾਡੇ ਨਾਲ ਵੀ ਵਰਤ ਸਕਦੀ ਏ ਇਹ ਘਟਨਾ ਜਿਵੇਂ ਕਿ ਉਹਨਾਂ ਨੇ ਦੱਸਿਆ ਗਿਆ ਕਿ ਜਿਹੜੀ ਗੱਡੀ ਆ ਉਹ ਬਲੈਕ ਵਾਈਟ ਹੈ ਤੇ ਜਿਹੜੇ ਉਹਦੇ ਸ਼ੀਸ਼ੇ ਬਿਲਕੁਲ ਬਲੈਕ ਨੇ ਜੇ ਤੁਸੀਂ ਵੀ ਆਪਣੇ ਵਾਲੇ ਦੁਆਲੇ ਕੋਈ ਇਦਾਂ ਦੀ ਗੱਡੀ ਦੇਖ ਰਹੇ ਹੋ ਤਾਂ ਜ਼ਰੂਰ ਪੁਲਿਸ ਪ੍ਰਸ਼ਾਸਨ ਨੂੰ ਕਾਲ ਕਰੇ ਜਾ ਇਹਨਾਂ ਵੀਰਾਂ ਨੇ ਆਪਣਾ ਨੰਬਰ ਦਿੱਤਾ ਹੈ ਇਹਨਾਂ ਨੂੰ ਜ਼ਰੂਰ ਕਾਲ ਕਰੋ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨਿਆਮਲਿਕ ਕੈਮਰਾ ਪਰਸਨ ਕਰਨ ਕੁਮਾਰਨ